कूलर ला लो चाहे प्लास्टिक का ला लो थार मॉडल कह दें दो साल की गारंटी है लो चाहे ला लो दोनों जेड़ा मर्जी एक ला सकते हैं बिना प्लस अपनी एक पेटी ला सकते हो साढ़े छे फुट का साइज होगा पूरी हैवी पेटी होगी 70 किलो वजन वाली ठीक है जी ओदू बिना तुसी एलईडी ले सकते 32 इंची स्मार्ट ले लो चाहे तुसी ले लो एंड्रॉइड ठीक है ओदू बिना जो भी नहीं रहनी फिर एक वाशिंग मशीन ले सकते हो 8 किलो वाली वोल्टास भी कैलकुलेटर भी साडे लोग जुड़े रहन साडी वीडियो नूं पूरी एंड तक देखन सानूं पूरा एंड तक मजा आऊगा साडी वीडियो देख के फिल्म वर्गा स्वाद फिल्म वर्गा स्वाद आऊगा जी पूरा मजा आऊगा ते वी दादा गरीब दे पोता वरते थोड़े वालियां जो हैगी है क्वालिटी कैसे वध ही होगी जी असीं आज चीज दी बड़ाई नहीं करदे बंदा साडे कोल आके खुद देखे हर कोई चीजा बन रही ने जी ठीक है इत्थे बन रही है साडे कोल खुद दी भट्ठी लगी अंदर अच्छा जी खुद असीं आ सारा पेंट भट्ठी पेंट अंदर तैयार होंदा मालिक कौन ने मेरे ख्याल मालिक हो जी ਇੱਕ ਗੱਪ ਇਹ ਸੁਣੀ ਆ ਨਾ ਜੀ ਕਹਿੰਦੇ 21,000 ਦੇ ਕੋਂਬੋ ਪੈਕ ਦੇ ਰਹੇ ਹੋ ਤੁਸੀਂ ਫਰਨੀਚਰ ਦਾ ਗੱਪ ਕਿਉਂ ਸੱਚੀ ਗੱਲਾਂ ਰੱਖੋ ਨਹੀਂ ਤੁਸੀਂ ਮੈਨੂੰ ਲੱਗਦਾ ਵੀ ਚੱਕਰਾਂ 'ਚ ਪਾ ਰਹੇ ਹੋ ਨਹੀਂ ਸਰ ਨਹੀਂ ਜੀ ਹੋਈ ਨਹੀਂ ਸਕਦਾ ਅੱਛਾ ਪਹਿਲਾਂ ਮੈਕ ਲਾਓ ਜੀ ਪਹਿਲਾਂ ਤਾਂ ਤੁਹਾਡਾ ਨਾਮ ਦੱਸੋ ਜੀ ਮੇਰਾ ਨਾਮ ਹੈ ਸਾਹਿਲ ਗੁਪਤਾ ਸ਼ੰਕਰ ਸਵਾਗਤ ਹੈ ਜੀ ਲੌਂਗੋਵਾਲੀਆ ਗੋਬਿੰਦ ਸਿੰਘ ਧੰਨਵਾਦ ਜੀ ਤੁਹਾਡਾ ਸੱਚੀ ਹੋ ਦੇ ਰਹੇ ਹੋ ਜੀ ਸੱਚੀ ਜੀ ਸੱਚੀ 21,000 'ਚ ਫਰਨੀਚਰ ਕੋਂਬੋ ਪੈਕ ਜੀ ਇਹ ਪੜਾਕਾ ਕਿਵੇਂ ਪਾ ਰਹੇ ਹੋ ਤੁਸੀਂ ਪੜਾਕਾ ਯਾਰ ਸਾਡਾ ਮਕਸਦ ਲੋਕਾਂ ਤੋਂ ਪੈਸੇ ਕਮਾਉਣਾ ਨਹੀਂ ਹੈਗਾ ਸਾਡਾ ਮਕਸਦ ਲੋਕਾਂ ਨੂੰ ਆਪਣੇ ਨਾਲ ਜੋੜਨਾ ਅੱਛਾ ਜੀ ਲੋਕ ਜਦੋਂ ਸਾਡੇ ਨਾਲ ਜੁੜੀ ਜਾਣਗੇ ਆਪਣੇ ਆਪ ਇਹਨਾਂ ਪਤਾ ਲੱਗ ਜੂ ਵੀ ਕੁਆਲਿਟੀ ਕੀ ਦੇ ਰਹੇ ਨੇ ਤੇ ਚੀਜ਼ ਕੀ ਦੇ ਰਹੇ ਅੱਛਾ ਮੰਨ ਲਓ ਹਲੇ ਤੁਸੀਂ ਗਾਹਕ ਇਕੱਠਾ ਕਰੀ ਜਾਂਦੇ ਹੋ ਬਾਅਦ ਚ ਫਿਰ ਦੇਖਾਂਗੇ ਜਿਹੜਾ ਰੇਟ ਲਾਉਣਾ ਹੋਣਾ ਆਹ ਬੈੱਡ ਨੇ ਆਹ ਬੈੱਡ ਹੈ ਜਿਹੜਾ ਮਰਜ਼ੀ ਲੈ ਲਓ ਉੱਥੇ ਜਿਹੜਾ ਮਰਜ਼ੀ ਲੈ ਲਓ ਪਿਛਲੇ ਵਾਲੇ ਨਹੀਂ ਜਿਹੜੇ ਮੂਰੇ ਲੱਗੇ ਹੋਏ ਨੇ ਅੱਛਾ ਜੀ ਜਿਹੜੇ ਲੱਗੇ ਹੋਏ ਨੇ ਹਾਂਜੀ ਹਾਂ ਇੱਕ ਬਾਟਰ ਵਾਲਾ ਲੈ ਲਓ ਸਾਰਾ ਪਲਾਈ ਚ ਬਣਿਆ ਹੋਇਆ ਜਿਵੇਂ ਠੀਕ ਹੈ ਗਰੰਟੀ ਵਾਲੇ ਫੁੱਲ ਗਰੰਟੀ ਵਾਲੇ ਬੈੱਡ ਨੇ ਫੁੱਲ ਗਰੰਟੀ ਵਾਲੇ ਆਪਣੇ ਗੱਦੇ ਨੇ ਅੱਛਾ ਜੀ ਉਹਨਾਂ ਦੇ ਵਿੱਚੋਂ ਇਹਦੇ ਨਾਲ ਆਹ ਪੈ ਕੇ ਇਹਨਾਂ ਦੇ ਦੋਨਾਂ ਚੋਂ ਜਿਹੜੀ ਮਰਜ਼ੀ ਇੱਕ ਅਲਮਾਰੀ ਲੈ ਲਓ ਲੋਹੇ ਦੀ ਅਲਮਾਰੀ ਲੈ ਲਓ ਚਾਹੇ ਲੱਕੜ ਦੀ ਜਿਹੜੀ ਮਰਜ਼ੀ ਲੈ ਲਓ ਸ਼ੀਸ਼ੇ ਵਾਲੀ ਲੈ ਵੀ ਮਿੱਤਰੋ ਦੇਖੋ ਅਲਮਾਰੀ ਆਹ ਲੋਹੇ ਦੀ ਆ ਆਹ ਲੱਕੜ ਦੀ ਆ ਨਾਲ ਸ਼ੀਸ਼ਾ ਲੱਗਿਆ ਹੋਇਆ ਨਿਗਾ ਮਾਰ ਲਓ ਪੂਰੀ ਫੁੱਲ ਸਾਈਜ਼ ਅਲਮਾਰੀ ਆ 4x6 ਦੀ ਲਓ ਜੀ ਜਿੰਨੇ ਕਿ ਦਾ ਤੁਸੀਂ ਸਮਾਨ ਕਹੀਏ ਉਹਨੇ ਦਾ ਕੁੰਡੇ ਕਬਜੇ ਹੋਣਗੇ ਨਾ ਮੈਂ ਕਹੀ ਜਾਂਦਾ ਹਾਂ ਆਹ ਦੀ ਕੁਆਲਿਟੀ ਇਹ ਤਾਂ ਦੇਖੋ ਹੈਰਾਨ ਹੋਈ ਜਾਂਦਾ ਮੈਂ ਤਾਂ ਇਹ ਦੀਵਾਲੀ ਤੱਕ ਹੀ ਆ ਕਿ ਉਸ ਤੋਂ ਬਾਅਦ ਨਹੀਂ ਨਹੀਂ ਦੁਬਾਰਾ ਵੀ ਦੇਵਾਂਗੇ ਜੀ ਅਸੀਂ ਆਪ ਮੈਨੂਫੈਕਚਰ ਕਰਦੇ ਆ ਆਪ ਹੀ ਸਾਡਾ ਘਰ ਵੀ ਵਿੱਚ ਹੈ ਜੀ ਸਾਨੂੰ ਖਰਚਾ ਨਹੀਂ ਮਤਲਬ ਸਾਡੀ ਆਪ ਦੀ ਪ੍ਰਾਪਰਟੀ ਹੈ ਆਪ ਦੀ ਪ੍ਰਾਪਰਟੀ ਚ ਨਾ ਦਾ ਕਿਰਾਇਆ ਨਾ ਕਿਰਾਇਆ ਨਾ ਘਰ ਵੀ ਵਿੱਚ ਹੈ ਅੱਛਾ ਕਿ ਸ਼ਾਮ ਨੂੰ ਚਾਹੇ ਰਾਤ ਨੂੰ ਅੱਧੀ ਰਾਤ ਨੂੰ 12 ਵਜੇ ਫੋਨ ਮਾਰ ਦੋ ਘਰ ਨਾਲ ਹੀ ਹੈ ਬੇਟਾਇਮਾ ਕੰਮ ਵੀ ਕਰੀ ਜਾਂਦੇ ਬੇਟਾਇਮਾ ਵੀ ਕਰੀ ਜਾਂਦੇ 24 ਘੰਟੇ ਲੇਬਰ ਸਾਡੇ ਸਿਰ ਤੇ ਆ ਅੱਛਾ ਜੀ ਆਹ ਨਿਗਾ ਮਾਰ ਲਓ ਜੀ ਉੱਪਰ ਪੈ ਕੇ ਲੱਗੇ ਵੇ ਨਹੀਂ ਸਾਡੇ 31 ਤੋਂ ਘਟਾ ਕੇ ਕੀ ਕਰਿਆ ਹੈ ਜੀ ਹਾਂਜੀ ਹਾਂ 31,000 ਤੋਂ 21,000 ਰੁਪਿਆ ਕਰਿਆ ਲੋਕਾਂ ਨੂੰ ਜੋੜਨ ਲਈ ਲਓ ਜੀ ਸਿੱਧੀ ਜੀ ਗੱਲ ਸਾਹਿਲ ਜੀ ਨੇ ਦੱਸਤੀ ਵੀ ਅਸੀਂ ਤਾਂ ਹਲੇ ਗਾਹਕ ਜੋੜਨਾਗਾ ਉਹ ਮੈਂ ਕਹਿੰਦਾ ਲੈ ਜਾਓ ਬਾਅਦ 'ਚ ਜਦੋਂ ਵੱਢਣ ਲੱਗਣਗੇ ਉਦੋਂ ਦੇਖਾਂਗੇ ਕਿਹਨਾਂ ਦਾ ਆ ਜਾਓ ਹੈ ਨਾ ਜੀ ਹਾਂਜੀ ਹਾਂ ਵੱਢਣ ਲੱਗੋਗੇ ਬਾਅਦ 'ਚ ਨਹੀਂ ਲੱਗਦੇ ਅੱਛਾ ਜੀ ਅੱਛਾ ਆਹ ਦੱਸੋ ਜੀ ਸੋਫੇ ਇਹ ਸੋਫੇ ਹੈਗੇ ਆ ਜੀ ਬਾਜ਼ਾਰ ਦੇ ਵਿੱਚ ਇਹਦਾ 25-25,000 ਰੁਪਏ ਲੋਕ ਮੰਗੀ ਜਾਂਦੇ ਨੇ ਬਿਲਕੁਲ ਮੈਂ ਆਪ ਦੇਖ ਮੰਗਦੇ ਆ ਨਾ ਜੀ ਬਿਲਕੁਲ ਕੋਈ ਪੁਰਾਣੇ ਸੋਫੇ ਕਟਾਈ ਜਾਂਦਾ ਕੋਈ ਕੁਝ ਕਟਾਈ ਜਾਂਦਾ ਵੀ ਜੀ ਕੋਈ ਨਹੀਂ ਸੇਮ ਕੁਆਲਿਟੀ ਸੇਮ ਚੀਜ਼ ਸਾਡੇ ਤਾਂ 15,500 ਚ ਲੈ ਲਓ ਸ਼ੀਸ਼ਾ ਨਾਲ ਆ ਅੱਛਾ ਜਮਾ ਓਰੀਜਨਲ ਜਮਾ ਸੇਮ ਚੀਜ਼ ਹੈ ਜੀ ਲਓ ਜੀ ਬਹੁਤ ਕੈਂਟ ਚੀਜ਼ ਆ ਭਾਈ ਸਵਾਦ ਇਹਦੇ ਜਿੰਨੇ ਮਰਜ਼ੀ ਕਲਰ ਜਿਹੜੇ ਮਰਜ਼ੀ ਕਲਰ ਚ ਤਿਆਰ ਕਰਾ ਲਓ ਠੀਕ ਹੈ 7 ਸੀਟਰ ਸੋਫਾ ਹੈ ਜੀ ਹਾਂਜੀ ਸ਼ੀਸ਼ਾ ਨਾਲ ਦੇਵਾਂਗੇ ਟੇਬਲ ਸਾਰਾ ਕੁਝ ਨਾਲ ਆ ਇਹਦੇ ਅੱਛਾ ਜੀ ਆ ਇੱਥੇ ਸ਼ੀਸ਼ਾ ਤੇ ਰਹਿ ਜਾਊਗਾ ਹਾਂਜੀ ਹਾਂਜੀ ਟੇਬਲ ਵੀ ਬਹੁਤ ਸੋਹਣੇ ਨੇ ਹਨਾ ਜੀ ਸਾਹਿਲ ਜੀ 21,000 ਵਾਲਾ ਤਾਂ ਹੋ ਗਿਆ ਹਾਂਜੀ ਜੇ ਕਿਸੇ ਨੇ ਇਸ ਦੇ ਵਿੱਚ ਹੋਰ ਇਨਕਲੂਡ ਕਰਨਾ ਹੋਵੇ ਆਪਣੇ ਨਾਲ ਆਪਣੇ ਕੋਲ ਆਈਟਮ ਹੋ ਰਿਹਾ ਜੀ 46,000 ਦਾ ਪੈਕੇਜ ਹੈ ਜੀ ਠੀਕ ਹੈ ਜੀ ਇਹਦੇ ਵਿੱਚ ਆਪਾਂ ਨੂੰ ਮਿਲੂਗਾ ਬੈੱਡ ਆ ਬੈਠ ਪੂਰੀ ਦੇਖੋ ਪੂਰੀ ਵਧੀਆ ਫੋਮ ਵਾਲੀ ਢੂਹ ਹੈ ਜੀ ਠੀਕ ਹੈ ਜੀ ਪੂਰੀ ਫੋਮ ਵਾਲੀ ਢੂਹ ਹੈ ਪੂਰੇ ਵਧੀਆ ਗੱਦੇ ਨੇ ਠੀਕ ਹੈ ਜੀ ਉਹੀ ਗਾਰੰਟੀ ਵਾਲੇ ਫੁੱਲ ਗਾਰੰਟੀ ਵਾਲੇ ਗੱਦੇ ਨੇ ਬਾਰਡਰ ਵਾਲਾ ਬੈੱਡ ਹੈ ਜੀ ਠੀਕ ਹੈ ਜੀ ਠੀਕ ਹੈ ਪਲਾਸ ਇਹਦੇ ਵਿੱਚ ਤੁਸੀਂ ਆਲਮਾਰੀ ਲੈ ਸਕਦੇ ਲੱਕੜ ਦੀ ਆਲਮਾਰੀ ਲੈ ਸਕਦੇ ਹੋ ਲੋਹੇ ਦੀ ਦੋਨੋਂ ਇੱਕ ਚੂਜ਼ ਕਰ ਸਕਦੇ ਠੀਕ ਹੈ ਜੀ ਠੀਕ ਹੈ ਜੀ ਇਹਦੇ ਨਾਲ ਇੱਕ 7 ਸੀਟਰ ਸੋਫੇ ਆ ਗਏ ਆ ਸੋਹਣਾ ਹੀ ਬਹੁਤ ਫੁੱਲ ਗਾਰੰਟੀ ਵਾਲਾ 골ਡਨ ਪਾਵੇ ਲੱਗੇ ਹੋਏ ਨੇ ਅੱਛਾ ਜੀ 7 ਸੀਟਰ ਸੋਫੇ ਹੈ ਜੀ ਇਹ
ਠੀਕ ਹੈ ਜੀ। ਇਹ ਕਨਸੈਪਟ ਦੇ ਨਾਲ ਤੁਹਾਡੇ ਕੋਲੇ ਅਸੀਂ ਜਿਹੜਾ ਬੰਦਾ ਤੁਹਾਡੀ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ, ਸ਼ੇਅਰ ਫੋਲੋ ਪੇਜ ਨੂੰ ਫੋਲੋ ਕਰੂਗਾ, ਉਹਨੂੰ ਅਸੀਂ ਨਾਲ ਸਾਡੇ ਕੋਲ ਚਾਰ ਆਈਟਮਾਂ ਗਿਫਟ ਨੇ, ਚਾਰ ਦੇ ਵਿੱਚੋਂ ਤੁਸੀਂ ਕੋਈ ਵੀ ਇੱਕ ਚੀਜ਼ ਤੁਸੀਂ ਚੂਜ਼ ਕਰ ਸਕਦੇ ਹੋ ਵੱਡੀ, ਠੀਕ ਹੈ ਜੀ। ਜਿਵੇਂ ਫਰਜ਼ ਕਰ ਲਓ ਆ ਲੋਹੇ ਦਾ ਕੂਲਰ ਲਾ ਲਓ, ਚਾਹੇ ਪਲਾਸਟਿਕ ਦਾ ਲਾ ਲਓ, ਠੀਕ ਹੈ। ਥਾਰ ਮਾਡਲ ਕਹਿ ਦਿੰਦੇ ਇਹਨੂੰ, 150 ਮੀਟਰ ਦੀ ਕੈਪੈਸਿਟੀ ਆ, 2 ਸਾਲ ਦੀ ਗਾਰੰਟੀ ਆ। ਇਹ ਲੈ ਲਓ ਚਾਹੇ ਉਹ ਲੈ ਲਓ, ਦੋਨੋਂ ਜਿਹੜਾ ਮਰਜ਼ੀ ਇੱਕ ਲੈ ਸਕਦੇ ਆ, ਇਦੋਂ ਬਿਨਾ ਪਲੱਸ ਆਪਣੀ ਇੱਕ ਪੇਟੀ ਲੈ ਸਕਦੇ ਹੋ ਤੁਸੀਂ, 6.5 ਫੁੱਟ ਦਾ ਸਾਈਜ਼ ਹੋਊਗਾ ਪੂਰੀ ਹੈਵੀ ਪੇਟੀ ਹੋਊਗੀ 70 ਕਿਲੋ ਵਜਨ ਵਾਲੀ, ਠੀਕ ਹੈ ਜੀ। ਉਦੋਂ ਬਿਨਾ ਤੁਸੀਂ ਕੈਲਡੀ ਲੈ ਸਕਦੇ, 32 ਇੰਚੀ ਸਮਾਰਟ ਲੈ ਲਓ, ਚਾਹੇ ਤੁਸੀਂ ਲੈ ਲਓ ਐਂਡਰੋਇਡ, ਠੀਕ ਹੈ। ਉਦੋਂ ਬਿਨਾ ਜੋ ਵੀ ਨਹੀਂ ਰਹਿਣੀ, ਫਿਰ ਇੱਕ ਵਾਸ਼ਿੰਗ ਮਸ਼ੀਨ ਲੈ ਸਕਦੇ ਹੋ 8 ਕਿਲੋ ਵਾਲੀ ਵੋਲਟਾ ਸੀ, ਉਹ ਕੈਲਵੀਨੇਟਰ ਵੀ ਜਿਹੜੀ ਅਵੇਲੇਬਲ ਹੋਗੀ ਉਹ ਲੈ ਸਕਦੇ ਹੋ, ਮਤਲਬ ਚਾਰਾਂ ਚੋਂ ਇੱਕ ਜਿਹੜੀ ਮਰਜ਼ੀ ਇੱਕ ਚੀਜ਼ ਪਿਕ ਕਰ ਸਕਦਾ, ਵੱਡੀ ਆਈਟਮ ਲੋਕਾਂ ਕੋਲ ਛੋਟੀ ਆਈਟਮ ਨਹੀਂ। ਸ਼ਰਤ ਇਹ ਸ਼ੇਅਰ ਕੀਤੀ, ਸ਼ੇਅਰ ਕੀਤੀ ਫੋਲੋ ਕੀਤਾ ਪੇਜ, ਠੀਕ ਹੈ ਜੀ, ਠੀਕ ਹੈ। ਸਾਰਾ ਕਰਕੇ ਬੰਦਾ ਸਾਡੇ ਕੋਲ ਆਵੇ, ਠੀਕ ਹੈ, ਲਵੇ ਚੀਜ਼ ਦੀ ਕੁਆਲਿਟੀ ਦੇਖੇ, ਫੁੱਲ ਗਾਰੰਟੀ ਹੈ। ਸਾਹਿਲ ਜੀ ਆਹ ਪ੍ਰੈਸ ਟੇਬਲ ਪਏ ਨੇ, ਹਾਂਜੀ ਜੀ, ਇਹ 3500 4000 ਦੇ ਨੇ, ਬਿਲਕੁਲ ਤੁਹਾਡੇ, ਤੁਸੀਂ ਆਪਦੀ ਮੈਨੂਫੈਕਚਰਿੰਗ ਆ, ਤੁਸੀਂ ਕੀ ਬੈਨੀਫਿਟ ਦੇਵੋਗੇ ਇਹਦੇ ਵਿੱਚ? ਬੈਨੀਫਿਟ ਇਹ ਹੈ ਜੀ, ਤੁਹਾਡੇ ਪੇਜ ਨੂੰ ਪੇਜ ਨੂੰ ਫੋਲੋ ਕਰਕੇ ਬੰਦਾ ਆਊਗਾ, ਸ਼ੇਅਰ ਕਰਕੇ ਆਊਗਾ, ਉਹਨੂੰ ਪ੍ਰੈਸ ਟੇਬਲ ਅਸੀਂ 2500 ਰੁਪਏ ਦੇ ਦੇਵਾਂਗੇ, 2.5-4 ਦਾ ਪੂਰਾ ਸਾਈਜ਼ ਹੈ ਜੀ, ਅੱਛਾ ਜੀ, ਪੂਰਾ ਪੂਰੀ ਵਧੀਆ ਅਸੈਸਰੀ ਲੱਗੀ ਹੋਈ ਹੈ, ਦੇਖੋ ਆਹ ਦੇਖ ਲਓ, ਜੇ ਇਦੋਂ ਵੱਡਾ ਸਾਈਜ਼ ਵੀ ਮਿਲ ਜੂਗਾ, ਠੀਕ ਹੈ, ਉਹ ਵੀ ਇਹੀ ਭਾਅ ਚ ਦੇ ਦਾਂਗੇ ਅਸੀਂ। ਅੱਛਾ, ਮੰਨ ਲਓ ਵੀ ਜਿਹੜੇ ਬੰਦੇ ਨੇ ਵੀਡੀਓ ਸ਼ੇਅਰ ਤੇ ਫੋਲੋ ਕੀਤਾ ਹੋਊਗਾ ਉਹਨੂੰ 1000 ਰੁਪਿਆ ਲੈਸ, 1000 ਰੁਪਿਆ ਲੈਸ ਲਵੋ ਨਾ ਲਵੋ, ਇਹਨਾਂ ਕੋਈ ਕਸਰ ਨਹੀਂ। ਅੱਛਾ, 2500 ਰੁਪਏ ਦਾ ਪ੍ਰੈਸ ਟੇਬਲ ਦੇ ਲੈ ਵੀ ਮਿੱਤਰੋ, 1000 ਰੁਪਏ ਦਾ ਬੈਨੀਫਿਟ ਹੋਊਗਾ, ਵੀਡੀਓ ਸ਼ੇਅਰ ਤੇ ਫੋਲੋ ਕਰਨਾ ਕੋਈ ਔਖਾ ਨਹੀਂ, ਇੱਕ ਗੂਠਾ ਜਿਹਾ ਵਾਲਾ ਕੰਮ ਕਰ ਲਓ। ਇੱਕ ਮੈਨੂੰ ਆਹ ਚੀਜ਼ ਬਹੁਤ ਘੈਂਟ ਲੱਗੀ ਤੁਹਾਡੀ ਜੀ, ਇਹ ਤੁਸੀਂ ਆਪ ਬਣਾਉਂਦੇ ਹੋ? ਵੀਰ ਜੀ ਆਪ ਬਣਾਉਂਦੇ ਸਾਰਾ ਕੁਝ, ਆਪ ਸਾਰਾ ਕੁਝ ਆਪ ਬਣਾਉਂਦੇ ਹੋ? ਕਨਸੈਪਟ ਸਾਡਾ ਅੰਦਰ ਲੱਗਿਆ, ਤੁਹਾਨੂੰ ਉਹ ਵੀ ਦਿਖਾਵਾਂਗੇ ਵੀਡੀਓ, ਠੀਕ ਹੈ ਜੀ। ਸਾਡੇ ਨਾਲ ਲੋਕ ਜੁੜੇ ਰਹਿਣ, ਸਾਡੀ ਵੀਡੀਓ ਨੂੰ ਪੂਰੀ ਐਂਡ ਤੱਕ ਦੇਖਣ, ਠੀਕ ਹੈ, ਤੁਹਾਨੂੰ ਪੂਰਾ ਐਂਡ ਤੱਕ ਮਜ਼ਾ ਆਊਗਾ ਸਾਡੀ ਵੀਡੀਓ ਦੇਖ ਕੇ, ਮੈਂ ਕਿਹਾ ਫਿਲਮ ਵਰਗਾ ਸਵਾਦ, ਫਿਲਮ ਵਰਗਾ ਸਵਾਦ ਆਊਗਾ ਜੀ, ਪੂਰਾ ਮਜ਼ਾ ਆਊ, ਮੈਨੂੰ ਆ ਰਿਹਾ ਜੀ ਬਣਾਉਂਦੇ ਨੂੰ ਵੀ। ਅੱਛਾ, ਫੋਟੋ ਵਾਲਾ ਕੰਮ ਬਹੁਤ, ਫੋਟੋ ਵਾਲਾ ਜੀ, ਤੁਸੀਂ ਆਪਦੀ ਚੋਇਸ ਦੇ ਵਿੱਚ, ਜਿਵੇਂ ਅਸੀਂ ਸਿੱਧੂ ਬਾਈ ਦੀ ਫੋਟੋ ਲਈ ਹੈ ਜੀ, ਇੱਥੇ ਤੁਸੀਂ ਆਪਣੇ ਕਿਸੇ ਬੱਚੇ ਦੀ ਫੋਟੋ ਲਾ ਕੇ ਗਿਫਟ ਕਰ ਸਕਦੇ ਹੋ, ਕੋਈ ਬਰਥਡੇ ਆ, ਠੀਕ ਹੈ। ਇਹ ਗੱਤੇ ਵਾਲੀ ਅਲਮਾਰੀਆਂ ਨਹੀਂ ਹੈਗੀਆਂ ਵੀ ਸਾਨੂੰ ਗੱਤਾ ਫੁੱਲੀ ਜਾਂਦਾ, ਬਹੁਤ ਜ਼ਿਆਦਾ ਗੱਤਾ ਰਹਿ ਗਿਆ ਸਿਉਂਕ ਖਾ ਕੇ ਜੀ, ਇਹ 10 ਸਾਲ ਦੀ ਇਹਦੀ ਗਰੰਟੀ ਆ, ਠੀਕ ਖਰਾਬ ਹੋਏ ਸਾਡੇ ਕੋਲ ਚੱਕ ਕੇ ਫ੍ਰੀ ਕਰਕੇ ਦੇਵਾਂਗੇ। ਮੇਰਾ ਸਵਾਲ ਇਹ, ਤੁਸੀਂ ਜਵਾਬ ਦੇਤਾ ਮੇਰਾ ਸਵਾਲ, ਬਣਦਾ ਦੀਗਾ ਹਲੇ ਮੈਂ ਕਰਨ ਲੱਗਾ ਜੀ, ਤੁਸੀਂ ਪਹਿਲੀ ਜਵਾਬ ਦਿੱਤਾ ਵੀ ਕੱਲ ਨੂੰ ਕਿਤੇ ਆ ਲੈ ਜੇ ਤਾਂ ਨਹੀਂ ਜਾਊਗਾ? ਨਹੀਂ ਲੈਂਦਾ ਵੀਰ ਜੀ, ਜਮਾ ਨਹੀਂ ਲੈਂਦਾ, ਪੂਰੀ ਪੱਕੀ ਗਰੰਟੀ ਆ ਲੋਰ, ਜਿੰਨੇ ਮਰਜ਼ੀ ਨਾ ਮਰਜ਼ੀ। ਅੱਛਾ, ਆਵਾਜ਼ ਦਿਖਾਓ, ਨੋ ਮਾਰ ਰਿਹਾ ਮੈਂ ਇਹਦੇ, ਦਿਖਾਓ ਕਿੱਥੇ ਸਕਰੈਚ ਆ। ਲੈ ਵੀ ਭਾਈ ਕਾਮਯਾਬ ਚੀਜ਼ ਆ, ਬਾਕੀ ਆਪਣੇ ਬੱਚੇ ਨੂੰ ਦੇ ਦੇਣਾ। ਇਟਾਲੀਅਨ ਲੋਕ ਹੈ, ਚਾਬੀ ਦੇਖੋ, ਸਕਾਰਪੀਓ ਦੀ ਗੱਡੀ ਵਰਗੀ ਚਾਬੀ ਆ। ਅੱਛਾ ਜੀ, ਦੇਖੋ ਸਾਰੀ ਪਿੱਤਲ ਦੇ ਵਿੱਚ ਚਾਬੀ ਹੁੰਦੀ ਹੈ ਇਹ। ਕਿਸੇ ਬੱਚੇ ਨੂੰ ਜਨਮ ਦਿਨ ਤੇ ਹਨਾ ਜੀ ਫੋਟੋ, ਜਨਮ ਦਿਨ ਤੇ ਫੋਟੋ ਦੇ ਸਕਦੇ ਹੋ ਵੀਰੇ, ਗੁਰਦੁਆਰੇ ਦੇ ਵਿੱਚ, ਗੁਰਦੁਆਰਾ ਸਾਹਿਬ ਦੇ ਬਾਬਾ ਜੀ ਨੇ ਆਪਾਂ ਕੋਈ ਫੋਟੋ ਲਾ ਕੇ ਦੇ ਸਕਦੇ ਹਾਂ, ਕੋਈ ਮੰਦਿਰ 'ਚ ਦੇਣੀ ਆ ਮੰਦਿਰ ਦੇ ਸਕਦੇ, ਮੰਦਿਰ ਮਸਜਿਦ ਜਿੱਥੇ ਮਰਜ਼ੀ, ਜਿੱਥੇ ਬੰਦਾ ਜਿਹੋ ਜਿਹੀ ਮਰਜ਼ੀ ਪ੍ਰਿੰਟ ਸਾਡੇ ਨਾਲ ਕਸਟਮਾਈਜ਼ ਕਰਾ ਸਕਦੇ ਹੋ ਵੀ ਬੰਦਾ ਥੋੜਾ ਜਿਹਾ ਠਰਮੀ ਰੱਖੇ, ਕਿ ਠਰਮੀ ਦਾ ਮਤਲਬ ਹੈ ਟਾਈਮਿੰਗ ਲੱਗਦਾ, ਸਮਾਂ ਦੇਵੇ ਸਾਨੂੰ, ਸਮਾਂ ਬਣਾਉਣ ਲਈ, ਬਣਾਉਣ ਲਈ ਸਮਾਂ। ਪਹਿਲਾਂ ਫਿਰ ਸਾਨੂੰ ਸਮਾਨ ਬਣਦਾ ਦਿਖਾਓ ਜੀ, ਕਿਤੇ ਗਲਾਈਆਂ ਦਾ ਨਹੀਂ ਕਰੀਆਂ ਤੁਸੀਂ ਐਵੇਂ ਕੱਚੀਆਂ ਜੀ ਹਨਾ। ਪਹਿਲਾਂ ਤਾਂ ਆਹ ਦੇਖੋ ਜੀ, ਇੱਧਰ ਨਿਗਾਹ ਮਰਵਾ ਦਿਓ, ਅਲਮਾਰੀਆਂ ਜਿਹੜੀਆਂ ਇਹਨਾਂ ਨੇ ਬਣਾਈਆਂ ਹੋਈਆਂ ਨੇ, ਮੇਰਾ ਮਕਸਦ ਇਹ ਆ, ਜਿਵੇਂ ਕਹਿੰਦੇ ਨੇ ਵੀ ਸਾਡਾ ਫੈਕਟਰੀ ਦੇ ਵਿੱਚ ਦੇਖੋ ਬਣਦਾ ਮਾਲ, ਆਪਾਂ ਦਿਖਾਉਣੇ ਆ ਤੁਹਾਨੂੰ ਵੀ ਇੱਥੇ ਐਂ ਬਣਦਾ ਭਾਈ, ਆਹ ਕੁਆਲਿਟੀ ਦਾ ਬਣਦਾ, ਸਾਰੇ ਵੱਖਰੇ ਵੱਖਰੇ ਕਲਰ ਨੇ ਜੀ ਦੇਖੋ, ਠੀਕ ਹੈ ਜੀ, ਹਰ ਇੱਕ ਡਿਜ਼ਾਈਨ ਮਿਲ ਜੂਗਾ ਤੁਹਾਨੂੰ, ਬਿਲਕੁਲ ਜਿੱਦਾਂ ਮਰਜ਼ੀ ਤੁਹਾਡੀ ਚੋਇਸ ਹੈ, ਤੁਸੀਂ ਉਹਨੂੰ ਕਸਟਮਾਈਜ਼ ਕਰਾ ਸਕਦੇ ਹੋ, ਤੁਸੀਂ ਆ ਰੱਖੋ ਵੱਡੇ ਵੱਡੇ ਅਲਮਾਰੀਆਂ, ਜਿੱਡੇ ਮਰਜ਼ੀ ਕੰਧ ਵਾਲੀਆਂ ਬਣਾ ਲਓ, ਠੀਕ ਹੈ, ਜਿਹੋ ਜਿਹੀ ਮਰਜ਼ੀ ਕੋਈ ਸਿਉਂਕ ਨਹੀਂ ਲੱਗਦੀ, ਹਾਂਜੀ ਹਾਂਜੀ, ਕੋਈ ਤੁਸੀਂ ਸਮਝ ਲਓ ਇਹਨੂੰ ਅੱਗ ਨਹੀਂ ਲੱਗਣੀ, ਠੀਕ ਹੈ ਜੀ, ਠੀਕ ਹੈ ਜੀ, ਕੋਈ ਇਹਨੂੰ ਪਾਣੀ ਨਾਲ ਨਹੀਂ ਖਰਾਬ ਹੋਣੀ। ਸਾਹਿਲ ਦੀ ਗੱਲ ਇਹ ਆ ਵੀ ਜਿਵੇਂ ਹੁਣ ਇੱਕ ਪੁਰਾਣੀ ਕਹਾਵਤ ਬਣੀ ਹੋਈ ਸੀ ਲੋਹੇ ਦੀਆਂ ਚੀਜ਼ਾਂ ਤੇ ਵੀ ਦਾਦਾ ਖਰੀਦਦੇ ਪੋਤਾ ਵਰਤੇ, ਤੁਹਾਡੇ ਵਾਲੀਆਂ ਜੋ ਹੈਗੀ ਆ ਕੁਆਲਿਟੀ ਕਹਿ ਸਕਦੇ ਹੀ ਹੋਊਗੀ ਜੀ, ਅਸੀਂ ਆਹ ਚੀਜ਼ ਦੀ ਬੜਾਈ ਨਹੀਂ ਕਰਦੇ, ਬੰਦਾ ਸਾਡੇ ਕੋਲ ਆ ਕੇ ਖੁਦ ਦੇਖੇ ਹਰ ਕੋਈ ਚੀਜ਼ਾਂ ਬਣ ਰਹੀਆਂ ਨੇ ਜੀ, ਠੀਕ ਹੈ, ਇੱਥੇ ਬਣ ਰਹੀ ਆ ਸਾਡੇ ਕੋਲ, ਖੁਦ ਦੀ ਭੱਠੀ ਲੱਗੀ ਅੰਦਰ, ਅੱਛਾ ਜੀ, ਖੁਦ ਅਸੀਂ ਆ ਸਾਰਾ ਪੇਂਟ ਭੱਠੀ ਪੇਂਟ ਅੰਦਰ ਤਿਆਰ ਹੁੰਦਾ, ਆ ਜਾਓ ਉੱਥੇ ਵੀ ਨਿਗਾਹ ਮਰਵਾ ਦੋ, ਆ ਜਾਓ ਜੀ ਭੱਠੀ ਵੀ ਦੇਖਦੇ ਆ, ਬਾਕੀ ਆਹ ਦੇਖੋ ਸਾਰੀ ਵੱਡੀ ਵੱਡੀ ਕੰਧ ਵਾਲੀ ਅਲਮਾਰੀਆਂ ਨੇ ਜੀ, ਹਾਂਜੀ ਹਾਂ, ਵੱਡੀਆਂ ਵੁੱਡ ਵਰਕ ਜਿਵੇਂ ਅਗਲਾ ਕਹਿੰਦਾ ਕਰਾਉਂਦੇ ਆ ਜੀ, ਇਹ ਤੁਸੀਂ ਇਹ ਦੇਖ ਲਓ ਵੀ ਪੂਰੀ ਕੰਧ ਤੱਕ ਫਿੱਟ, ਜਿਵੇਂ ਕਹਿਣਗੇ ਅਗਲਾ ਉਵੇਂ ਬਣਾ ਦਾਂਗੇ ਅਸੀਂ, ਕੁੱਲ ਮਿਲਾ ਕੇ ਗੱਲ ਇੱਥੇ ਆ ਕੇ ਖੜ ਗਈ ਵੀ ਜਿਹੜੀਆਂ ਲੱਕੜ ਦੀਆਂ ਕਹਿੰਦੇ ਸਿਉਂਕ ਆ ਗਈ, ਆ ਨਾ ਭਾਈ ਕੋਈ ਤੁਸੀਂ ਉਹਦਾ ਇਲਾਜ ਕਰ, ਇਲਾਜ ਕਰਤਾ ਜੀ ਕਿ ਉਹ ਸਿਉਂਕ ਨਹੀਂ ਲੱਗਦੀ, ਕੋਈ ਇਹਨੂੰ ਅੱਗ ਨਹੀਂ ਲੱਗਦੀ, ਹਾਂ ਆਹ ਕੀ ਹੈ ਵੱਡਾ ਸਾਰਾ, ਇਹ ਸਾਰੀ ਭੱਠੀ ਹੈ ਜੀ, ਇਹਦੇ ਵਿੱਚ ਰੰਗ ਹੁੰਦਾ, ਇਹ ਜੀ ਇਹ ਚ ਰੰਗ ਹੁੰਦਾ ਜੀ, ਰੰਗ ਪਾ ਕੇ ਚ ਅੰਦਰ ਸਾਰਾ ਇਹਦੇ ਵਿੱਚ ਬੇਕ ਹੁੰਦਾ ਮਾਲ, ਹਰ ਕੋਈ ਇੱਥੇ ਰੰਗ ਮਾਰ
क्योंकि जो वधिया चीज किसी नूं मिलूगी थोड़े एक शेयर नाल तां उह शायद थोड़े गुण गावे। सो धन्नवाद साहिल जी दा, इन्हां ने वेले के वेले जे टाइम दित्ता। नहीं नहीं धन्नवाद तुहाडा जिहड़ा तुसीं इन्ना प्यार दिंदे हो। सत श्री अकाल जी।